ਫਰੈਂਡਸ ਸੋ ਅੱਜ ਅਸੀਂ ਗੱਲ ਕਰਾਂਗੇ ਸੈਂਟ ਕਲੀਅਰ ਕਾਲਜ ਬਾਰੇ ਈਚ ਐਂਡ ਐਵਰੀਥਿੰਗ ਮੈਂ ਉਸ ਕਾਲਜ ਬਾਰੇ ਤੁਹਾਨੂੰ ਕਲੀਅਰ ਕਰਾਂਗੀ ਕਿੰਨੀ ਐਪਲੀਕੇਸ਼ਨ ਫੀ ਹੈ ਕਿੰਨਾ ਫੀ ਸਟ੍ਰਕਚਰ ਹੈ ਕਿੰਨੀ ਬੈਂਡ ਕਾਮੈਂਟਸ ਹੈ ਸੋ ਹੁਣ ਮੈਂ ਸਟਾਰਟ ਕਰਦੀ ਹਾਂ ਸੈਂਟ ਕਲੀਅਰ ਕਾਲਜ 1967 ਵਿੱਚ ਬਣਿਆ ਸੀ दैट मींस ਅਪ੍ਰੋਕਸੀਮੇਟਲੀ 54 ইয়ার্স ওল্ড ਕਾਲজ ਹੈਗਾ ਇੱਕ ਪਬਲਿਕ ਕਾਲਜ ਹੈ ਐਂਡ ਇਹਦੇ ਵਿੱਚ 4188 ਇੰਟਰਨੈਸ਼ਨਲ ਸਟੂਡੈਂਟਸ ਜੋ ਨੇ ਸਟੱਡੀ ਕਰਦੇ ਨੇ ਐਂਡ 80 ਪਲੱਸ ਪ੍ਰੋਗਰਾਮਸ ਜੋ ਹੈ ਕਾਲਜ ਡਿਫਰੈਂਟ ਫੀਲਡਸ ਵਿੱਚ ਪ੍ਰੋਵਾਈਡ ਕਰਦਾ ਹੈ ਐਂਡ ਸਪੈਸ਼ਲਾਈਜ਼ਡ ਕਾਲਜ ਹੈਗਾ ਆਰਟਸ ਐਂਡ ਟੈਕਨੋਲੋਜੀ ਵਾਸਤੇ ਐਂਡ ਇਹ ਰੈਂਕ ਕਰਦਾ ਕਾਲਜ 126 ਇਨ ਕੈਨੇਡੀਅਨ ਕਾਲਜਸ ਐਂਡ ਯੂਨੀਵਰਸਿਟੀ ਵਿੱਚ ਐਂਡ 20 ਯੂਨੀਵਰਸਿਟੀ ਐਡਿਨਲ ਟ੍ਰਾਂਸਫਰ ਐਗਰੀਮੈਂਟਸ ਕਰ ਰੱਖਿਆ ਵਿਦਨ ਕੈਨੇਡਾ ਐਂਡ ਇੰਟਰਨੈਸ਼ਨਲੀ ਇਹਦੇ ਨਾਲ ਨਾਲ ਇਸ ਕਾਲਜ ਦੀ ਪਾਰਟਨਰਸ਼ਿਪ ਹੈਗੀ ਹੈ 16 ਇੰਸਟੀਟਿਊਸ਼ਨਸ ਨਾਲ 9 ਕੰਟਰੀਜ਼ ਦੇ ਵਿੱਚ ਸੋ ਜੇ ਆਪਾਂ ਗੱਲ ਕਰੀਏ ਇਸ ਕਾਲਜ ਦੇ ਮੇਨਲੀ ਮੈਂ ਤਿੰਨ ਕੈਂਪਸ ਸੁਨੇ ਆ ਐਂਡ ਜੋ ਅਦਰ ਵਿਂਸਰ ਕੈਂਪਸ ਹੈ मोस्ट ਆਫ ਇੰਟਰਨੈਸ਼ਨਲ ਸਟੂਡੈਂਟਸ ਉਧਰ ਹੀ ਐਡਮਿਸ਼ਨ ਲੈਂਦੇ ਆ ਐਂਡ ਉਧਰ ਦਾ ਵੀਜ਼ਾ ਸਕਸੈਸ ਰੇਟ ਵੀ ਵਧੀਆ ਹੈ ਐਂਡ ਜੋ ਵਿਂਸਰ ਹੈਗਾ ਉਹ ਅਪ੍ਰੋਕਸੀਮੇਟਲੀ 4 ਕਿਲੋਮੀਟਰ ਦਾ ਡਿਸਟੈਂਸ ਤੇ ਹੀ ਪੈਂਦਾ ਯੂਐਸਏ ਬਾਰਡਰ ਤੇ ਤੁਸੀਂ ਮਤਲਬ ਯੂਐਸਏ ਦਾ ਬਾਰਡਰ ਉਧਰੋਂ ਕਲੀਅਰਲੀ ਵੇਖ ਸਕਦੇ ਹੁੰਦੇ ਹੋ ਐਂਡ ਇਫ ਆਪਾਂ ਗੱਲ ਕਰੀਏ ਕਾਲਜ ਦੀ ਕਲਾਸਿਸ ਦਾ স্মॉल ਸਾਈਜ਼ ਹੈਗਾ ਤਾਂ ਕਰਕੇ ਹਰ ਸਟੂਡੈਂਟ ਨੂੰ ਪਰਸਨਲਾਈਜ਼ ਅਟੈਂਸ਼ਨ ਮਿਲ ਸਕਦੀ ਹੈ ਪ੍ਰੋਫੈਸਰ ਤੋਂ 댓 ਮੀਨਸ ਤੁਸੀਂ ਆਪਣੀ ਸਟੱਡੀ ਖੁੱਲ ਕੇ ਆਰਾਮ ਨਾਲ ਕਰ ਸਕਦੇ ਹੋ ਐਂਡ ਜੇ ਆਪਾਂ ਗੱਲ ਕਰੀਏ ਤਾਂ 85% ਆਫ ਸਟੂਡੈਂਟਸ ਨੂੰ ਆਫਟਰ 6 ਮੰਥਸ ਤੋਂ ਬਾਅਦ ਹੀ ਡਿਗਰੀ ਜਾਂ ਉਹਨਾਂ ਦੀ ਕੰਪਲੀਟ ਹੁੰਦੀ ਹੈ ਇਸ ਕਾਲਜ ਤੋਂ ਤਾਂ ਉਹਨਾਂ ਨੂੰ ਜੌਬ ਮਿਲ ਜਾਂਦੀ ਆ ਜੇ ਮੈਂ ਇਸ ਕਾਲਜ ਦੇ ਇਨਟੇਕਸ ਦੀ ਗੱਲ ਕਰਾਂ ਤਾਂ ਤਿੰਨ ਇਨਟੇਕਸ ਹੈ ਕਾਲਜ ਪ੍ਰੋਵਾਈਡ ਕਰਦਾ ਹੈ ਫਾਲ ਇਨਟੇਕ ਸਮਰ ਇਨਟੇਕ ਐਂਡ ਸਪ੍ਰਿੰਗ ਇਨਟੇਕ ਥੈਟ ਮੀਨਸ ਜਨ ਸਤੰਬਰ ਐਂਡ ਮਈ ਇਨਟੇਕ ਐਂਡ ਜੇ ਆਪਾਂ ਗੱਲ ਕਰੀਏ ਟਿਊਸ਼ਨ ਫੀ ਦੇ ਬਾਰੇ ਤਾਂ ਉਹ ਹੈਗੀ ਹੈ 11000 ਤੋਂ ਲੈ ਕੇ 16000 ਤੱਕ ਪਰ ਈਅਰ ਐਂਡ ਇਹ ਪ੍ਰੋਗਰਾਮ ਜੋ ਆਫਰ ਕਰਦੇ ਆ ਉਹ ਹੈਗੀ ਹੈ ਬਿਜ਼ਨਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਹੈਲਥ ਸਾਇੰਸ ਤੋਂ ਰਿਲੇਟਡ ਇੰਜੀਨੀਅਰਿੰਗ ਟੈਕਨੋਲੋਜੀ ਸਕਿਲ ਟ੍ਰੇਡਸ ਐਂਡ ਕਮਿਊਨਿਟੀ ਸਟੱਡੀਜ਼ ਐਂਡ ਅਰਾਊਂਡ 6500 ਫੁੱਲ ਟਾਈਮ ਐਂਡ 14000 ਪਾਰਟ ਟਾਈਮ ਸਟੂਡੈਂਟਸ ਜੋ ਨੇ ਇਨਰੋਲ ਹੁੰਦੇ ਆ ਵਿੰਸਰ ਕੈਂਪਸ ਵਿੱਚ ਐਂਡ ਜਿਵੇਂ ਗੱਲ ਕਰਾਂ ਸੈਂਟ ਕਲੀਅਰ ਜੋ ਕਾਲਜ ਹੈ ਉਹ ਕਿਹੜੇ-ਕਿਹੜੇ ਡਿਗਰੀਜ਼ ਪ੍ਰੋਵਾਈਡ ਕਰਦਾ ਹੈ ਆਪਣੇ ਕੈਂਪਸਿਸ ਵਿੱਚ ਉਹ ਹੈਗਾ ਡਿਪਲੋਮਾ ਅੰਡਰਗ੍ਰੈਜੂਏਟ ਡਿਪਲੋਮਾ ਪ੍ਰੋਗਰਾਮਸ दैट मींस ਪੋਸਟ ਗ੍ਰੈਜੂਏਟ ਪ੍ਰੋਗਰਾਮਸ ਹੋਗੇ ਐਡਵਾਂਸਡ ਡਿਪਲੋਮਾ ਹੋ ਗਿਆ ਇਹ ਨਾਲ ਨਾਲ ਸਟੂਡੈਂਟਸ ਨੂੰ ਲਿਬਰਟੀ ਹੁੰਦੀ ਹੈ ਕਿ ਉਹ ਆਪਣੇ ਸ케ਜੂਲ ਅਕੋਰਡਿੰਗ ਆਪਣੇ ਸਟੱਡੀ ਪਲਾਨ ਨੂੰ ਬਣਾ ਸਕਦੇ ਨੇ दैट मींस ਆਪਣੀ ਕਲਾਸਿਸ ਨੂੰ ਸੈੱਟ ਕਰ ਸਕਦੇ ਆ ਐਸ ਪਰ देयर ਸ케ਜੂਲ ਐਂਡ ਜਿਵੇਂ ਗੱਲ ਕਰਾਂ ਔਨ ਕੈਂਪਸ ਕਲਾਸਿਸ ਹੁੰਦੀਆਂ ਨੇ ਆਨਲਾਈਨ ਕੋਰਸੇਸ ਵੀ ਹੈਗੇ ਸਟੱਡੀ ਪਲਾਨ ਵਿੱਚ ਫੁੱਲ ਟਾਈਮ ਕਲਾਸਿਸ ਵੀ ਹੁੰ ਦੇ ਨਾਲ ਨਾਲ ਜੀ ਮੈਂ ਇਹਦੀ ਐਂਟਰੀ ਰਿਕੁਆਇਰਮੈਂਟ ਦੀ ਗੱਲ ਕਰਾਂ ਤਾਂ ਬੇਸਿਕ ਐਂਟਰੀ ਰਿਕੁਆਇਰਮੈਂਟ ਹੈਗਾ ਟੋਫਲ ਵਿੱਚ ਤੁਹਾਨੂੰ 78 ਸਕੋਰ ਚਾਹੀਦੇ ਹੁੰਦੇ ਆ ਆਇਲਟਸ ਵਿੱਚ ਓਵਰਆਲ ਬੈਂਡ ਤੁਹਾਨੂੰ 6 5.5 ਇਨ 1 ਮੋਡਿਊਲ ਹੈਗਾ ਤਾਂ ਚੱਲ ਜਾਂਦੇ ਆ ਅਸੈਪਟੇਬਲ ਪੀਟੀਵੀ ਹੈਗੀ ਐਂ ਤੁਹਾਨੂੰ ਲੈਵਲ 54 ਸਕੋਰ ਚਾਹੀਦਾ ਹੁੰਦਾ ਮਿਨਿਮਮ ਐਂ ਜੇ ਮੈਂ ਐਪਲੀਕੇਸ਼ਨ ਫੀ ਦੀ ਗੱਲ ਕਰਾਂ ਤਾਂ ਕੈਨੇਡੀਅਨ ਡਾਲਰ 125 ਕੈਨੇਡੀਅਨ ਡਾਲਰ ਜੇਦੀ ਐਪਲੀਕੇਸ਼ਨ ਫੀ ਹੈ ਐਂ ਜਿਹੜੇ ਜਿਹੜੇ ਸਪੋਰਟਸ ਲਵਰ ਆ ਤਾਂ ਤੁਹਾਨੂੰ ਇਸ ਕਾਲਜ ਵਿੱਚ ਸਪੋਰਟਸ ਕੰਪਲੈਕਸ ਵੀ ਮਿਲ ਜਾਏਗਾ ਐਂ ਐਥਲ ਚੂਸ ਕਰ ਰਹੇ ਨੇ ਜਾਂ ਉਹਨਾਂ ਦੀ ਰਿਲੇਟਡ ਦੇ ਫੀਲਡ ਦੇ ਪ੍ਰੋਗਰਾਮ ਚੂਸ ਕਰਦੇ ਨੇ ਤਾਂ ਉਹਨਾਂ ਨੂੰ ਹਾਈ ਐਂਡ ਰੈਸਿਡੈਂਟ ਹੈਗਾ ਜੋ ਕਾਲਜ ਦਾ ਹੀ ਹੈਗਾ ਇਟਰੀ 101 ਕਰਕੇ ਜੋ ਤੁਹਾਨੂੰ ਵਰਕ ਐਕਸਪੀਰੀਅੰਸ ਵੀ ਪ੍ਰੋਵਾਈਡ ਕਰੇਗਾ ਤੇ ਨਾਲ ਨਾਲ ਕਾਲਜ ਵਿੱਚ ਹੋਰ ਵੀ ਡਾਈਨਿੰਗ ਆਪਸ਼ਨਸ ਹੈਗੇ ਲਾਈਕ ਟਿਮ ਹਾਟਨਸ ਹੋ ਗਿਆ ਜਾਂ ਸਬਵੇ ਹੋ ਗਿਆ ਐਂਡ ਜੋ ਵਿੰਸਰ ਕੈਂਪਸ ਹੈ ਉਹ ਤੁਹਾਨੂੰ ਅਕੋਮੋਡੇਸ਼ਨ ਵੀ ਪ੍ਰੋਵਾਈਡ ਕਰਦਾ ਜੋ 8 ਮੰਥ ਦੇ ਟਾਈਮ ਪੀਰੀਅਡ ਦੀ ਹੁੰਦੀ ਹੈ ਐਦੇ ਨਾਲ ਨਾਲ ਤੁਹਾਨੂੰ ਅਕੋਮੋਡੇਸ਼ਨ ਵਿੱਚ ਫੈਸਿਲਿਟੀਆਂ ਵੀ ਪ੍ਰੋਵਾਈਡ ਹੁੰਦੀਆਂ ਥੈਟ ਮੀਨਸ ਕਾਮਨ ਕਿਚਨ ਹੋ ਗਿਆ ਸਿਕਿਉਰਿਟੀ ਹੋਗੀ ਲਾਂਡਰੀ ਫੈਸਿਲਿਟੀਆਂ ਵੀ ਅਵੇਲੇਬਲ ਲੌਂਜ ਏਰੀਆ ਹੁੰਦਾ दैट मींस ਗੇਮ ਰੂਮ ਹੋਗੇ ਮੂਵੀ ਲੌਂਜ ਐਂਡ ਸਟੱਡੀ ਲੌਂਜ ਏਰੀਆ ਹੁੰਦਾ ਐਂਡ ਜੇ ਮੈਂ ਇਹਦੇ ਨਾਲ ਨਾਲ ਗੱਲ ਕਰਾਂ ਜੋ ਅਕੁਮੋਡੇਸ਼ਨ ਦੇ ਚਾਰਜਸ ਹੈਗੇ ਉਹ ਕਵਾਈਟ ਹਾਈ ਹੈਗੇ ਸੋ ਤੁਸੀਂ ਔਨ ਕੈਂਪਸ ਦੀ ਜਗ੍ਹਾ ਆਫ ਕੈਂਪਸ ਲੈ ਸਕਦੇ ਹੋ ਬਟ ਔਨ ਕੈਂਪਸ ਦੇ ਜੋ ਚਾਰਜਸ ਹੈਗੇ ਉਹ 6700 ਕੈਨੇਡੀਅਨ ਡਾਲਰ ਪਰ ਹੈ 8 ਮਹੀਨੇ ਦੇ ਟਾਈਮ ਪੀਰੀਅਡ ਦੇ ਹੁੰਦੇ ਆ ਜੂ ਇਹਦੇ ਵਿੱਚ ਤੁਹਾਡਾ ਕੇਬਲ ਟੀਵੀ ਐਂਡ ਹਾਈ ਸਪੀਡ ਇੰਟਰਨੈਟ ਅਕਸੈਸ ਹੁੰਦਾ ਬਟ ਮੀਲਸ ਜੋ ਹੁੰਦੀਆਂ ਮਤਲਬ ਤੁਹਾਡੇ ਫੂਡ ਜੋ ਹੈਗਾ ਨਹੀਂ ਇਨਕਲੂਡ ਹੁੰਦਾ ਐਂਡ ਹੁਣ ਇਫ ਮੈਂ ਗੱਲ ਕਰਾਂ ਮੀਲ ਪਲਾਨ ਦੇ ਬਾਰੇ ਤਾਂ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਖੁਦ ਕੁਕ ਕਰਨਾ ਚਾਹੁੰਦੇ ਹੋ ਜੇ ਤੁਸੀਂ ਖੁਦ ਕੁਕ ਕਰਦੇ ਹੋ ਤਾਂ ਤੁਹਾਨੂੰ 150 ਡਾਲਰ ਪਰ ਮੰਥ ਪੈ ਜਾਂਦੇ ਆਪਣਾ ਐਂਡ ਜੇ ਤੁਸੀਂ ਮੀਲ ਪਲਾਨ ਲੈਂਦੇ ਹੋ ਤਾਂ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਦਾ ਲੈਣਾ ਹੈ ਤੇ ਉਹ 300 ਕੈਨੇਡੀਅਨ ਡਾਲਰ ਤੋਂ ਸਟਾਰਟ ਹੁੰਦਾ ਹੈ ਤੇ 900 ਕੈਨੇਡੀਅਨ ਡਾਲਰ ਤੱਕ ਜਾਂਦਾ ਹੈ ਇਹ ਤੁਸੀਂ ਆਪੇ ਆਪਣੀ ਅਕੋਰਡਿੰਗਲੀ ਪਰਚੇਸ ਕਰ ਸਕਦੇ ਹੋ ਐਂਡ ਜੇ ਮੈਂ ਗੱਲ ਕਰਾਂ ਉਧਰ ਦੇ ਲੋਕਲ ਬਸ-ਪਾਸ ਦੀ ਤਾਂ ਆਰਾਊਂਡ 60 ਡਾਲਰ ਤੱਕ ਪੈ ਜਾਂਦਾ ਪਰ ਮੰਥ ਐਂਡ ਜੇ ਮਹੌਨੇ ਦੇ ਬਜਟ ਦੀ ਗੱਲ ਕਰਾਂ ਤਾਂ ਤੁਹਾਨੂੰ ਉਧਰ ਰੈਂਡ ਦਾ ਜੋ ਪੂਰਾ ਟੋਟਲ ਤੁਹਾਡੀ ਸਟੱਡੀ ਦਾ ਤੇ ਉਧਰ ਰੈਂਡ ਦਾ ਤੁਹਾਨੂੰ ਖਰਚਾ ਪੈ ਜਾਂਦਾ 20000 ਤੋਂ ਲੈ ਕੇ 24000 ਡਾਲਰ ਤੱਕ ਐਟ ਡਿਪੈਂਡ ਕਰਦਾ ਬੋਥ ਸਟੂਡੈਂਟਸ ਨੇ ਜੋ ਬਚਾ ਵੀ ਲੈਂਦੇ ਆ ਐਂਡ ਜੇ ਬਾਈ ਚਾਂਸ ਕਿਸੇ ਦੀ ਵੀਜ਼ਾ ਰਿਫਿਊਜ਼ਲ ਆ ਜਾਂਦੀ ਹੈ ਤੇ ਤੁਹਾਨੂੰ ਫੁੱਲ ਰਿਫੰਡ ਹੋ ਜਾਏਗਾ ਇਨ 10 ਡੇਸ ਦੇ ਅੰਦਰ ਅੰਦਰ ਜਿੱਧਰੋਂ ਤੁਸੀਂ ਜਿਸ ਅਕਾਊਂਟ ਤੋਂ ਤੁਸੀਂ ਪੇਮੈਂਟ ਕੀਤੀ ਸੀ ਉਸੇ ਅਕਾਊਂਟ ਦੇ ਵਿੱਚ ਐਂਡ ਤੁਹਾਨੂੰ 125 ਡਾਲਰ ਨਹੀਂ ਰਿਫੰਡੇਬਲ ਹੁੰਦੀ ਐ ਐਡਮਿਨਿਸਟ੍ਰੇਟਿਵ ਫੀਸ ਜੋ ਹੁੰਦੀ ਐ ਐਂਡ ਸਕਾਲਰਸ਼ਿਪ ਵੀ ਪ੍ਰੋਵਾਈਡ ਕਰਦਾ ਹੈ ਕਾਲਜ ਸਟੂਡੈਂਟਸ ਨੂੰ ਜੋ ਸਕਾਲਰਸ਼ਿਪ ਦੀ ਰਿਕੁਆਇਰਮੈਂਟਸ ਨੂੰ ਮਿਲ ਰਹੇ ਹੁੰਦੇ ਆ ਜੇ ਤੁਸੀਂ ਸਕਾਲਰਸ਼ਿਪ ਦੀ ਰਿਕੁਆਇਰਮੈਂਟਸ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸੈਂਟ ਲੀਅਰ ਦੀ ਵੈਬਸਾਈਟ ਤੇ ਜਾ ਕੇ ਇੰਟਰਨੈਸ਼ਨਲ ਸਕਾਲਰਸ਼ਿਪਸ ਤੇ ਦੇਖ ਸਕਦੇ ਹੋ ਐਂਡ ਇਸ ਕਾਲਜ ਦਾ ਇੱਕ ਪੋਜ਼ਿਟਿਵ ਪੁਆਇੰਟ ਵੀ ਹੈਗਾ ਕਿ ਇਹ ਕਾਲਜ ਹਾਇਰ ਕਰਦਾ ਹੈ ਫੁੱਲ ਟਾਈਮ ਸਟੂਡੈਂਟਸ ਨੂੰ ਔਨ ਕੈਂਪਸ ਜੌਬ ਵਾਸਤੇ that will be positive point for you je toanu kise vi type da doubt hoye saint claire college nu laake ta tusi comment section vich drop kar sakde ho main sab di query solve karan di puri koshish kardi ha te like share comment karke zarur dasna thank you